ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਤਾਂ ਸਾਡੀ ਅਸੀਂ ਇੱਕਾਬ ਦੇ ਸਿੱਖ ਧਰਮ ਦੇ ਵਿੱਚ ਬੰਧਨ ਹੋਏ ਹੈਗੇ ਆ ਜੋ ਵੀ ਅਸੀਂ ਚੰਗੇ ਕੰਮ ਕਰਦੇ ਹਾਂ ਉਹ ਸਾਡੀ ਸੇਵਾ ਹੁੰਦੀ ਹੈਗੀ ਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਯੂਨਾਈਟਿਡ ਸਿੱਖ ਮਿਸ਼ਨ ਇੱਕ ਸੇਵਾ ਮਿਲੀ ਹੈ ਜਿਸ ਨੂੰ ਕਿ ਅਸੀਂ ਸੋਲਰ ਪ੍ਰੋਜੈਕਟ ਦੇ ਰੂਪ ਦੇ ਵਿੱਚ ਚਲਾ ਰਹੇ ਹਾਂ ਸੇਵਾ ਦਾ ਕੋਈ ਡੈਫੀਨੇਸ਼ਨ ਨਹੀਂ ਹੈਗੀ ਜੀ ਸੇਵਾ ਬਹੁਤ ਤਰ੍ਹਾਂ ਦੀ ਆ ਪਰ ਜਿਹੜੀ ਸਾਡੀ ਸੰਸਥਾ ਯੂਨਾਈਟਿਡ ਸਿੱਖ ਕਰਾ ਰਹੀ ਹੈ ਸੇਵਾ ਇੱਕ ਬੜੀ ਵਿਲੱਖਣ ਸੇਵਾ ਹੈ ਅਤੇ ਸੇਵਾ ਜੇ ਉਹ ਸੇਮ ਗੱਲ ਨਾ ਜੇ ਦਿਲੋਂ ਸੇਵਾ ਕੀਤੀ ਜਾਵੇ ਉੱਥੇ ਵੀ ਕਈ ਲੋਕ ਸੇਵਾ ਦਿਲੋਂ ਨਹੀਂ ਕਰਦੇ ਸਿਰਫ ਨਾਂ ਖਾਤਰ ਕਰਦੇ ਸੋ ਗਲੋਬਲ ਵਾਰਮਿੰਗ ਇਜ਼ ਅ ਗਲੋਬਲ ਇਸ਼ੂ ਅਫੈਕਟਸ ਦ ਇੰਟਾਇਰ ਵਰਲਡ ਐਂਡ ਵਿਦ ਦ ਸੋਲਰ ਇਟ ਹੈਲਪਸ ਰਿਡਿਊਸ ਪੋਲੂਸ਼ਨ ਇਟ ਹੈਲਪਸ ਯੂਜ਼ ਲੈਸ ਐਨਰਜੀ ਵਿਚ ਦੈਨ ਹੈਲਪਸ ਦ ਇਨਵਾਇਰਮੈਂਟ ਇਹ ਕਲਾਈਮੇਟ ਦੇ ਲਈ ਵੀ ਵਧੀਆ ਆ ਅਤੇ ਇਸ ਦੇ ਨਾਲ ਬਿਜਲੀ ਦੀ ਵੀ ਬੱਚਤ ਹੋਊਗੀ ਸਾਰੇ ਰੂਫਸ ਦੇ ਉੱਪਰ ਹੀ ਪਲਾਂਟ ਲੱਗਣੇ ਨੇ ਕਿਸੇ ਨੂੰ ਕੋਈ ਇਹਦੇ 'ਚ ਡਿਊਰਿੰਗ ਕੰਸਟਰਕਸ਼ਨ ਕੋਈ ਇਨਕਨਵੀਨੀਅੰਸ ਨਹੀਂ ਹੋਣੀ ਜਿਸ ਹਿਸਾਬ ਨਾਲ ਚੱਲ ਰਿਹਾ ਸਾਨੂੰ ਮਨਜ਼ੂਰੀ ਮਿਲੀ ਆ ਮੇਰੇ ਹਿਸਾਬ ਨਾਲ ਹਰ ਇੱਕ ਸਿੱਖ ਭਾਈ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਜੀ ਨੂੰ ਉੱਥੇ ਵੱਧ ਚੜ੍ਹ ਕੇ ਉਹਦੀ ਹੈਲਪ ਕਰਨੀ ਚਾਹੀਦੀ ਆ ਕਿ ਦਰਬਾਰ ਸਾਹਿਬ ਵਿੱਚ ਸੰਗਤ ਦਾ ਦਿੱਤਾ ਹੋਇਆ ਦਾਨ ਕਾਫੀ ਹਿੱਸਾ ਉਹਦਾ ਬਿਜਲੀ ਦੇ ਬਿੱਲਾਂ ਦੇ ਖਰਚੇ ਦੇ ਤੌਰ 'ਤੇ ਦੇਣਾ ਪੈਂਦਾ ਸੀ ਜਦੋਂ ਇਹ ਸੋਲਰ ਪੈਨਲ ਲਾ ਦਿੱਤਾ ਉਹਦੇ ਨਾਲ ਸੰਗਤ ਦੇ ਜਿਹੜੀ ਦਾਨ ਕੀਤਾ ਉਹ ਬੱਚਤ ਸਿੱਖ ਸੰਗਤ ਦੇ ਮਾਨਵਤਾ ਦੇ ਭਲੇ ਲਈ ਕੰਮ ਆਵੇਗਾ I think contributing to this project is a necessity, especially with us living here in America. And if you have the means and you can help support this project, please support. Jo Tisa sahab karde ne kam apna solar system da bahut vadhiya karde ne, hor vi bahut vadhiya kam karde ne. Te sade bacche jehde oh jamde damme de shikar ho rahe han, unna nu bachaun layi ik eh nikka jiha uparala hega. Oh ji shuruaat ahi darbar sahib to shuru kiti aa. Jathedar Rishpal Singh ji Tinsa de personality de bare ਜੇ ਮੈਂ ਕਹਾਂ ਤਾਂ ਲਫ਼ਜ਼ ਛੋਟੇ ਪੈ ਜਾਂਦੇ ਹਨ He always seems to amaze me with the ideas that he comes up with. I feel like with the power shortage that happens in India and the cost, I think it's a really good idea that he's doing it. ਕੀਰਤਨ 16 ਸਾਹਿਬ 'ਚ ਬਹੁਤ ਸੋਹਣਾ ਸ਼ਬਦ ਆਉਂਦਾ ਹੈ ਕਿ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ ਸਭ ਤੋਂ ਵੱਡਾ ਸਾਥ ਹੁੰਦਾ ਕਿ ਬਸ ਮੋਢੇ ਨਾਲ ਮੋਢਾ ਲਾ ਕੇ ਸਾਰੀ ਸੰਗਤ ਖੜੇ ਇਸ ਉਪਰਾਲੇ ਨੂੰ ਜ਼ਿਆਦਾ ਕਰੇ ਸਾਰੇ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇ ਅਤੇ ਆਪਣੇ ਯੂਨਾਈਟਿਡ ਮਿਸ਼ਨ ਵਾਲੇ ਕਰ ਰਹੇ ਨੇ ਅੱਗੇ ਹੋ ਕੇ ਇਨਵਾਇਰਮੈਂਟ ਲਈ ਵੀ ਵਧੀਆ ਆ ਅਤੇ ਗੁਰੂ ਕੀ ਸੇਵਾ ਵੀ ਸਾਡਾ ਵਿਸ਼ਵਾਸ ਆ ਹਰਿਮੰਦਰ ਸਾਹਿਬ ਦੇ ਵਿੱਚ ਇਸ ਲਈ ਯੂਨਾਈਟਿਡ ਸਿੱਖ ਮਿਸ਼ਨ ਜਿਹੜਾ ਵਾ ਉਹ ਸਿੱਖ ਇਸ ਕੰਮ ਨੂੰ ਕਰ ਰਿਹਾ ਸਾਰੇ ਰਲ ਕੇ ਕਰ ਰਹੇ ਨੇ ਉਹ ਜੋ ਵੀ ਤਿਲ ਫੁੱਲ ਭੇਟਾ ਜਿਸ ਤਰੀਕੇ ਨਾਲ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਸਰੀਰਕ ਰਾਹੀਂ ਮਾਇਕ ਤੌਰ 'ਤੇ ਸਾਡੀ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ ਸੰਗਤਾਂ ਲਈ ਇਹੀ ਬੇਨਤੀ ਹੈ ਜੀ ਕਿ ਵੀ ਆਪਣਾ ਜਿੰਨਾ ਜਿੰਨੇ ਜੋਗੇ ਹੈਗੇ ਹਾਂ ਸੇਵਾ ਜ਼ਰੂਰ ਕਰੀਏ ਜਿੱਥੇ ਚੰਗੀ ਸੋਚ ਹੋਵੇ ਉੱਥੇ ਹਰ ਇਨਸਾਨ ਦਾ ਫਰਜ਼ ਬਣਦਾ ਵੀ ਤਕੜੇ ਹੋ ਕੇ ਪਹਿਰਾ ਦੇਵੇ ਸਾਈਟ ਦੇ ਉੱਪਰ ਵੱਖਰੇ ਵੱਖਰੇ ਆਪਸ਼ਨ ਦਿੱਤੇ ਆ ਔਰ ਜਿਸ ਤਰੀਕੇ ਨਾਲ ਵੀ ਉਹ ਸੇਵਾ ਭੇਜਣੀ ਚਾਹੁੰਦੇ ਜੇ ਅਮਰੀਕਾ ਤੋਂ ਅਮਰੀਕਾ ਵਿੱਚ ਅਮਰੀਕਾ ਤੋਂ ਇੰਡੀਆ ਦੇ ਵਿੱਚ ਪੰਜਾਬ ਜਾਂ ਇੰਡੀਆ ਤੋਂ ਇੱਥੇ ਇੰਡੀਆ ਵਿੱਚ ਹੀ ਦੇਣੀ ਆ ਉਹਨਾਂ ਨੇ ਸੋ ਉਸ ਹਿਸਾਬ ਨਾਲ ਉਹ ਪੈਸੇ ਭੇਜ ਸਕਦੇ ਆ ਨਾਨਕ ਨਾਮ ਲੈਵਾ ਸੰਗਤ ਹੈਗੀ ਆ ਸਾਰਿਆਂ ਨੂੰ ਸਾਡੀ ਅਪੀਲ ਆ ਕਿ ਸਾਡੇ ਨਾਲ ਜੁੜੋ ਪ੍ਰਧਾਨ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਅੰਮ੍ਰਿਤਸਰ ਸੇਵਾ ਕਰ ਰਹੇ ਆ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਕਰਨ ਉਹਨਾਂ ਨੂੰ ਬੇਨਤੀ ਆ ਸਾਰਿਆਂ ਨੂੰ ਕਰਨ ਜੀ ਇਹ ਸਾਰਿਆਂ ਦਾ ਪ੍ਰੋਜੈਕਟ ਵਾ ਜਿਸ ਤਰ੍ਹਾਂ ਮੇਰੇ ਹਸਬੈਂਡ ਕਰ ਰਹੇ ਆ ਸੇਵਾ ਹਰਿਮੰਦਰ ਸਾਹਿਬ ਦੀ ਸੋਲਰ ਸਿਸਟਮ ਦੀ ਸੇਵਾ ਕਰ ਰਹੇ ਆ ਅੱਖਾਂ ਦਾ ਕੈਂਪ ਵੀ ਲਾ ਰਹੇ ਆ ਇਹਨੀ ਸੇਵਾ ਕਹਿ ਰਹੇ ਆ ਕਿ ਜਿਹੜੀ ਦੂਜਿਆਂ ਦਾ ਸਾਨੂੰ ਆਸ਼ੀਰਵਾਦ ਮਿਲਣਾ ਆ ਆਪਣਾ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਗੁਰੂ ਰਾਮਦਾਸ ਦੇ ਘਰ 'ਚ ਦਾਨ ਨਹੀਂ ਦਿੱਤਾ ਜਾਂਦਾ ਭੇਟਾ ਦਿੱਤੀ ਜਾਂਦੀ ਹੈ